ਰਾਤੀ ਆਏ ਸੀ ਨਾਨਕੇ ਤੇ ਇਹਨਾਂ ਨੇ ਵਾਪਸੀ ਜਾਣਾ ਸੀ 6 ਵਜੇ ਗੱਡੀ ਘਰੇ ਆ ਕੇ ਲੱਗੀ ਕੁੜੀ ਨਾਨ ਗਈ ਆ ਉਹਦੇ ਬਾਅਦ ਕੁੜੀ ਸਾਡੇ ਕੋਲ ਵਾਪਸ ਆਏ ਨਹੀਂ ਪਤਾ ਨਹੀਂ ਚੱਕ ਕੇ ਲੈ ਗਏ ਨੇ ਪਤਾ ਨਹੀਂ ਕਿਤਨਾ ਗਈ ਆ ਸਾਨੂੰ ਇਹ ਨਹੀਂ ਪਤਾ ਜੀ ਬੇਟੀ ਬਸ ਮੈਂ ਇੱਥੇ ਰਹਿਣ ਵਾਸਤੇ ਆਈ ਸੀ ਗੁਰਦੁਆਰ ਨੂੰ ਨਾ ਬੇਟੀ ਮੇਰੀ ਕਹਿ ਰੋਟੀ ਖਾ ਕੇ ਮੈਨੂੰ ਗਈ ਘਰੋਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਚੱਲੇਗੀ ਬਾਹਰ ਦੀ ਮੇਰੇ ਪੇਕੇ ਮਾਮਾ ਆਇਆ ਤਾਂ ਸਾਰਾ ਗੁਰਪ੍ਰੀਤ ਸਿੰਘ ਹਲਕਾ ਖੇਮਕਰਨ ਦੇ ਪਿੰਡ ਅਸਲ ਉਤਾੜ ਵਿੱਚ एक बहुत ही शर्मनाक घटना वापरी है जिस विच के 36 साल दा मामा 12 साल दा भांजी नूं व्याह दा चांसा दे के बुरगला के अपने नाल लै गया है। इस संबंधी जानकारी दिंदे हुए लड़की दे मां ने दसिया कि बीते दिन ओह अपने तीनों बेटियां नाल अपने पेके पिंड आई सी अते जद अज वापस जाना सी सवेरे जा खुली तां वेख्या कि उसी 12 साल लड़की अपने बिस्तरे उपर नहीं सी जिस दी काफी भाल कीती पर ओह नहीं मिली अते उन्हां ने दसिया कि उन्हां दा भरा गुरपेज सिंह भी घरों गायब सी। ਗੁਰਪ੍ਰੀਤ ਸਿੰਘ ਮੇਰੀ ਲੜਕੀ ਨੂੰ ਵਿਆਹ ਦਾ ਚਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੀੜਿਤ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਕਿਹਾ ਕਿ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਦੀ ਧੀ ਉਹਨਾਂ ਨੂੰ ਵਾਪਸ ਦਿੱਤੀ ਜਾਵੇ। ਉਧਰ ਹੀ ਜਦੋਂ ਅਤੇ ਬੱਚੀ ਦੀ ਨਾਨੀ ਸਰਬਜੀਤ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਕਾਫੀ ਸ਼ਰਮਨਾਕ ਕੰਮ ਕੀਤਾ ਹੈ, ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਧਰ ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਬੇਟੀ ਬਸ ਮੈਂ ਇੱਥੇ ਰਹਿਣ ਵਾਸਤੇ ਆਈ ਸੀ ਬੁੱਧਵਾਰ ਨੂੰ ਅਤੇ ਮੈਂ ਵਾਪਸ ਜਾ ਰਹੀ ਸੀ ਗੱਡੀ ਨਾਸ਼ਤਾ ਕਰਦੀ ਪਈ ਹਾਂ ਬੇਟੀ ਮੇਰੀ ਕਹਿ ਰੋਟੀ ਫੜਾ ਕੇ ਮੈਨੂੰ ਗਈ ਘਰੋਂ ਪਤਾ ਨਹੀਂ ਲੱਗਾ ਕਿਹੜੇ ਵੇਲੇ ਚੱਲੇਗੀ ਬਾਹਰ ਦੀ। ਕਿਹੜੀ ਜਗ੍ਹਾ ਤੇ ਤੁਸੀਂ ਰਹਿੰਦੇ ਜੀ? ਮੈਂ ਲੁਧਿਆਣੇ। ਤੇ ਇੱਥੇ ਕੀ ਕਰਨ ਆਏ? ਮੈਂ ਵੈਸੇ ਰਹਿਣ ਆਈ ਸੀ ਇੱਥੇ ਦੋ। ਕੀ ਇੱਥੇ ਤੁਹਾਡੇ ਕੀ ਰਿਸ਼ਤੇਦਾਰੀ ਹੈ? ਇਹ ਮੇਰੇ ਪੇਕੇ ਨੇ। ਲੜਕੀ ਦਾ ਕੀ ਨਾਂ? ਜਗਜੀਤ ਕੌਰ। ਕਿੰਨੀ ਉਮਰ ਆ ਦੀ? 12 ਸਾਲ ਤੇ 8 ਮਹੀਨੇ। ਤੇ ਜਿੰਨੇ ਵਿਅਕਤੀ ਦੇ ਨਾਲ ਗਈ ਉਹਦਾ ਨਾਂ ਕੀ ਹੈ? ਮਾਮਾ ਆਇਆ ਤਾਂ ਸਾਰਾ ਗੁਰਪ੍ਰੀਤ ਸਿੰਘ। ਉਹਦੀ ਕਿੰਨੀ ਉਮਰ? ਉਹ 32 ਸਾਲ ਦਾ ਹੈ। ਕੋਈ ਇਸ ਸੰਬੰਧੀ ਦਰਖਾਸਤ ਦਿੱਤੀ ਤੁਹਾਨੂੰ? ਹਾਂਜੀ ਦਰਖਾਸਤ ਦਿੱਤੀ, ਪਰਚਾ ਕਰਾਇਆ ਹੈ। ਕਾਰਵਾਈ ਹੋਈ ਹੈ? ਕੋਈ ਮੰਨ ਨਹੀਂ ਰਹੀ। ਪੁਲਿਸ ਵਾਲੇ ਕਹਿੰਦੇ ਗੱਡੀ ਕਰੋ ਆਪਣੀ ਫਿਰ ਚੱਲਦੇ ਤੁਹਾਡੇ ਨਾਲ। ਕੋਈ ਕਾਰਵਾਈ ਨਹੀਂ ਕਰਦੇ? ਨਹੀਂ ਕੋਈ ਸਰਕਾਰ। ਕੀ ਮੰਗ ਕਰਦੇ ਤੇ? ਮੰਗ ਕੋਈ ਨਹੀਂ, ਤੁਸੀਂ ਮੰਗ ਬਸ ਇਹ ਹੀ ਕਿ ਮੇਰਾ ਬੱਚਾ ਵਾਪਸ ਮੈਨੂੰ ਮਿਲੇ। ਸਰ ਜੀ ਮੇਰੀ ਬੇਟੀ ਆਈ ਸੀ ਨਾਨਕੇ, ਸਰ ਸਵੇਰੇ 5 ਵਜੇ ਦਾ ਟਾਈਮ ਸੀ, ਇਹਨਾਂ ਨੇ ਵਾਪਸੀ ਜਾਣਾ ਸੀ ਅਤੇ 6 ਵਜੇ ਗੱਡੀ ਘਰ ਆ ਕੇ ਲੱਗੀ 6:30 ਵਜੇ। ਉਹਦੇ ਬਾਅਦ ਸਰ ਜੀ ਮੇਰਾ ਜਿਹੜਾ ਪਤਾ ਹੀ ਨਹੀਂ ਲੱਗਾ ਕੁੜੀ ਨਹਾਉਣ ਗਈ ਆ, ਉਹਦੇ ਬਾਅਦ ਕੁੜੀ ਸਾਡੇ ਕੋਲ ਵਾਪਸ ਆਏ ਨਹੀਂ, ਪਤਾ ਨਹੀਂ ਚੱਕ ਕੇ ਲੈ ਗਏ ਨੇ, ਪਤਾ ਨਹੀਂ ਕਿਤਨਾ ਗਈ ਆ, ਸਾਨੂੰ ਇਹ ਨਹੀਂ ਪਤਾ ਜੀ। ਕੁੜੀ ਦੀ ਉਮਰ ਕਿੰਨੀ ਹੈ ਜੀ? ਕੁੜੀ ਦੀ ਉਮਰ 12 ਸਾਲ ਅਤੇ 8 ਮਹੀਨੇ ਦੀ ਆ ਸਰ। ਅਤੇ ਜਿਹੜਾ ਲੈ ਕੇ ਗਿਆ ਵਿਅਕਤੀ ਉਹ ਕੌਣ ਆ, ਕੁੜੀ ਦਾ ਕੀ ਲੱਗਦਾ? ਉਹ ਕੁੜੀ ਦਾ ਸਕਾ ਮਾਮਾ ਲੱਗਦਾ ਜੀ, ਅਤੇ ਉਹਦੀ ਉਮਰ 30-32 ਸਾਲ ਹੈ ਸਰ। ਉਹਦਾ ਅਸੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਅਸੀਂ ਹੀ CCTV ਕੈਮਰੇ ਜਗ੍ਹਾ ਜਗ੍ਹਾ ਫੋਲਦੇ ਫਿਰਦੇ ਹਾਂ। ਜਦੋਂ ਅਸੀਂ 112 ਨੰਬਰ 'ਤੇ ਕਾਲ ਕਰਕੇ ਬੋਲਿਆ ਕਿ ਹਾਂਜੀ ਅਸੀਂ ਇਤਨਾ ਇਤਨਾ ਕੰਮ ਕਰ ਲਾਂਗੇ, ਅਸੀਂ ਆਤਮ ਹੱਤਿਆ ਕਰ ਲਾਂਗੇ, ਸਾਡੀ ਇੱਜ਼ਤ ਕੋਈ ਨਹੀਂ ਰਹੀ। ਉਹਦੇ ਬਾਅਦ ਚੰਡੀਗੜ੍ਹੋਂ ਫੋਨ ਆਉਂਦਾ ਜੀ ਅਸੀਂ ਤੁਸੀਂ ਕੇਵਲ ਸਿੰਘ ਨਾਲ ਮਿਲੋ ਜਾ ਕੇ, ਲੇਕਿਨ ਅੱਜ 3 ਦਿਨ ਹੋ ਗਏ ਸਰ ਜੀ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਸਾਨੂੰ ਲਾਰੇ 'ਤੇ ਲਾਰਾ ਲਾਉਂਦੀ ਅਤੇ ਕਹਿੰਦੀ ਆ ਸਾਨੂੰ ਕਿ ਤੁਸੀਂ ਆਪਣੀ ਗੱਡੀ ਲੈ ਕੇ ਆਓ ਤਾਂ ਅਸੀਂ ਛਾਪਾ ਮਾਰਨ ਜਾਵਾਂਗੇ, ਸਾਡੇ ਕੋਲ ਸਰਕਾਰੀ ਗੱਡੀ ਹੈ ਨਹੀਂ। ਦੱਸੋ ਸਰ ਜੀ ਇੱਕ ਕੁੜੀ ਚਲੀ ਗਈ ਸਾਡੀ 12.5 ਸਾਲਾਂ ਦੀ ਅਤੇ ਪੁਲਿਸ ਇਸ ਤਰ੍ਹਾਂ ਸਾਡੇ ਨਾਲ ਨਜਾਇਜ਼ ਧੱਕਾ ਕਰਦੀ, ਸਾਡੀ ਸੁਣਵਾਈ ਕੋਈ ਹੁੰਦੀ ਨਹੀਂ ਸਰ। ਕੀ ਮੰਗ ਕਰਦੇ ਤੁਸੀਂ? ਮੰਗ ਕਰਦੇ ਸਰ ਜੀ ਪੁਲਿਸ ਆਪਣੀ ਕਾਰਵਾਈ ਕਰੇ ਪੂਰੀ ਠੋਕ ਕੇ, ਸਰ ਜੀ ਬੰਦਾ ਅਰੈਸਟ ਹੋਵੇ, ਸਾਡਾ ਬੱਚਾ ਸਾਡੇ ਕੋਲ ਆਵੇ। ਤੁਹਾਡੇ ਇੱਕ ਜੀ ਤੁਹਾਡੇ ਬੇਟੇ ਵੱਲੋਂ ਜਿਹੜੀ ਲੜਕੀ ਨੂੰ ਲੈ ਕੇ ਗਿਆ ਆਪਣੇ ਭਾਂਜੀ ਆਪਦੀ ਨੂੰ, ਕੀ ਕਹਿਣਾ ਤੁਹਾਨੂੰ? ਆਪਣੇ ਵਾਲਾ ਜੋ ਮਰਜ਼ੀ ਕਰਦੇ ਉਹਨੂੰ। ਤੁਹਾਡੀ ਭਨੇਵੀ? ਬਹੁਤ ਹੀ ਹੱਡੀ। ਤੁਹਾਡਾ ਵੱਡਾ ਲੜਕਾ ਸੀਗਾ ਜੀ? ਹਾਂਜੀ। ਕੀ ਕਰ ਦਿਓ ਭਾਅ ਜੀ ਉਹਨੂੰ, ਸਜ਼ਾ ਕਰ ਦਿਓ ਜੋ ਮਰਜ਼ੀ ਕਰ ਦਿਓ, ਸਾਡੇ ਵੱਲੋਂ ਗਿਆ ਅਸੀਂ ਕੁਛ ਕਹਿ ਸਕਦੇ। ਇਹ ਜੀ ਜਗਜੀਤ ਕੌਰ, ਇਹਦੀ ਸਮੈਕ ਪੁੱਤਰੀ ਮਨਪ੍ਰੀਤ ਸਿੰਘ, ਵਾਸੀ ਸਿਮਲਾਪੁਰੀ ਲੁਧਿਆਣਾ ਦੀ ਰਹਿਣ ਵਾਲੀ ਆ ਅਤੇ ਆਪਣੇ ਨਾਨਕੇ ਪਿੰਡ ਇੱਥੇ ਆਈ ਸੀਗੀ, ਅਤੇ ਇਹਦਾ ਸਗਾ ਹੀ ਮਾਮਾ ਜਿਹੜਾ ਗੁਰਭੇਜ ਸਿੰਘ ਸਨ ਆਫ ਸਰਦਾਰਾ ਸਿੰਘ ਵਾਸੀ ਅਸਲ ਉਤਾਰ ਲਿਆ, ਇਹਨੂੰ ਲੈ ਗਿਆ, ਜਿਸ ਸੰਬੰਧ ਵਿੱਚ ਮੁਕੱਦਮਾ ਨੰਬਰ 99/1920 ਅੰਡਰ ਸੈਸ਼ਨ 366 IPC ਥਾਣਾ ਬਟੋਆ ਦਰਜ ਕਰਕੇ 33 ਸ਼ਾਮਲ 'ਚ ਲਿਆਂਦੀ ਗਈ ਆ, ਅਤੇ ਜਲਦੀ ਹੀ ਲੜਕੀ ਨੂੰ ਬਰਾਮਦ ਕੀਤਾ ਜਾਊ ਅਤੇ ਦੋਸ਼ੀ ਨੂੰ ਇਨਸਾਫ਼ ਕਰ ਜਾਊ। ਸਰ ਪੁਲਿਸ ਵੱਲੋਂ ਕੋਈ ਛਾਪੇਮਾਰੀ ਕੀਤੀ ਜਾ ਰਹੀ? ਛਾਪੇਮਾਰੀ ਕੀਤੀ ਜਾ ਰਹੀ ਹੈ ਜੀ, ਨਾਲ ਕਾਲ ਡਿਟੇਲਾਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ, ਉਹਦੇ ਸੰਬੰਧ ਵਿੱਚ ਜੋ ਵੀ ਸਾਹਮਣੇ ਆਉਂਦਾ ਜਿਹੜੀਆਂ। ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ,
तांत्रिक विधि नाल पाओ 100% गारंटी नाल हर परेशानी दा हल। पति पत्नी च झगड़ा, प्रेम ब्याज रुकावट, सौदन दुश्मन दा खात्मा, विदेश च पक्का होना, कीता कराया, गुप्त वशीकरण कराओ, रुसे प्रेमी प्रेमिका नूं अपने बस च करो, लाटरी नंबर पाओ भावें 649 होवे जां लुटो मैक्स। प्यार च धोखा खा चुके प्रेमी प्रेमिका, एक बार जरूर संपर्क करो, मैं तुहाडा प्यार टुटण नहीं देवांगा। संपर्क करो 9879014।